ਮਨਜਿੰਦਰ ਸਿੰਘ ਢਿੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਡਿਪਾਰਟਮੈਂਟ ਦੇ ਤੋਂ ਫਾਈਲ ਕੇ ਤੋਂ ਆਏ ਹਾਂ। ਰਿਪੋਰਟ ਮਿਲੀ ਸੀਗੀ ਵੀ ਇਹ ਕੋਈ ਕੱਟੂ ਦਾ ਆਟਾ ਜਿਹੜਾ ਉਹਦੇ ਖਾਣ ਨਾਲ ਕੋਈ ਬੱਚੇ ਬਿਮਾਰ ਹੋਏ ਆ, ਉਹਦੇ ਨਾਲ ਹੋਸਪਿਟਲ ਦੇ ਵਿੱਚ ਐਡਮਿਟ ਹੋਏ। ਇਹਦਾ ਕਾਰਨ ਇਹ ਮੰਨਦੇ ਹਾਂ ਵੀ ਜਿੱਥੋਂ ਅਸੀਂ ਪਹਿਲਾਂ ਟਰੇਸ ਕੀਤਾ ਵੀ ਕਿੱਥੋਂ ਕਿੱਥੋਂ ਆਟਾ ਆਇਆ ਅਤੇ ਕਿੱਥੋਂ ਕਿੱਥੋਂ ਕੀ ਆ, ਬਾਅਦ ਸਾਨੂੰ ਪਤਾ ਲੱਗਾ ਵੀ ਇਹ ਬੰਦੇ ਨੇ ਜਿਹੜਾ ਆਟਾ ਸੀਗਾ ਉਹ ਲਿਆਂਦਾ ਸੀਗਾ ਦੁਕਾਨ ਤੋਂ, ਉਹ ਲਿਆ ਕੇ ਪਕੌੜੇ ਬਣਾਏ ਸੀਗੇ, ਉਹ ਲਿਆ ਕੇ ਉਹਨਾਂ ਨੂੰ ਅਸੀਂ ਡਿਸਟਰੋਏ ਕੀਤਾ ਅਤੇ ਸੈਂਪਲ ਲਏ ਆ। ਇਹਦਾ ਜੋ ਵੀ ਰਿਪੋਰਟ ਆਊਗੀ ਉਹ, ਅਜੇ ਤੱਕ ਤਾਂ ਅਸੀਂ 2 ਕੁ ਦੁਕਾਨਾਂ ਤੋਂ ਸੈਂਪਲ ਲਏ ਆ, ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ, ਜੋ ਵੀ ਰਿਪੋਰਟ ਆਊਗੀ ਤੁਹਾਨੂੰ ਦੱਸੀ ਜਾਊਗੀ। ਸਰ ਮਨਜਿੰਦਰ ਸਿੰਘ ਢਿੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਡਿਪਾਰਟਮੈਂਟ ਦੇ ਤੋਂ ਫਾਈਲ ਕੇ ਤੋਂ ਆਏ ਹਾਂ। ਰਿਪੋਰਟ ਮਿਲੀ ਸੀਗੀ ਵੀ ਇਹ ਕੋਈ ਕੱਟੂ ਦਾ ਆਟਾ ਜਿਹੜਾ ਉਹਦੇ ਖਾਣ ਨਾਲ ਕੋਈ ਬੱਚੇ ਬਿਮਾਰ ਹੋਏ ਆ, ਉਹਦੇ ਨਾਲ ਹੋਸਪਿਟਲ ਦੇ ਵਿੱਚ ਐਡਮਿਟ ਹੋਏ। ਇਹਦਾ ਕਾਰਨ ਇਹ ਮੰਨਦੇ ਹਾਂ ਵੀ ਜਿੱਥੋਂ ਅਸੀਂ ਪਹਿਲਾਂ ਟਰੇਸ ਕੀਤਾ ਵੀ ਕਿੱਥੋਂ ਕਿੱਥੋਂ ਆਟਾ ਆਇਆ ਅਤੇ ਕਿੱਥੋਂ ਕਿੱਥੋਂ ਕੀ ਆ, ਬਾਅਦ ਸਾਨੂੰ ਪਤਾ ਲੱਗਾ ਵੀ ਇਹ ਬੰਦੇ ਨੇ ਜਿਹੜਾ ਆਟਾ ਸੀਗਾ ਉਹ ਲਿਆਂਦਾ ਸੀਗਾ ਦੁਕਾਨ ਤੋਂ, ਉਹ ਲਿਆ ਕੇ ਪਕੌੜੇ ਬਣਾਏ ਸੀਗੇ, ਉਹ ਲਿਆ ਕੇ ਉਹਨਾਂ ਨੂੰ ਅਸੀਂ ਡਿਸਟਰੋਏ ਕੀਤਾ ਅਤੇ ਸੈਂਪਲ ਲਏ ਆ। ਇਹਦਾ ਜੋ ਵੀ ਰਿਪੋਰਟ ਆਊਗੀ ਉਹ, ਅਜੇ ਤੱਕ ਤਾਂ ਅਸੀਂ 2 ਕੁ ਦੁਕਾਨਾਂ ਤੋਂ ਸੈਂਪਲ ਲਏ ਆ, ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ, ਜੋ ਵੀ ਰਿਪੋਰਟ ਆਊਗੀ ਤੁਹਾਨੂੰ ਦੱਸੀ ਜਾਊਗੀ। ਸਰ ਮਨਜਿੰਦਰ ਸਿੰਘ ਢਿੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਡਿਪਾਰਟਮੈਂਟ ਦੇ ਤੋਂ ਫਾਈਲ ਕੇ ਤੋਂ ਆਏ ਹਾਂ। ਰਿਪੋਰਟ ਮਿਲੀ ਸੀਗੀ ਵੀ ਇਹ ਕੋਈ ਕੱਟੂ ਦਾ ਆਟਾ ਜਿਹੜਾ ਉਹਦੇ ਖਾਣ ਨਾਲ ਕੋਈ ਬੱਚੇ ਬਿਮਾਰ ਹੋਏ ਆ, ਉਹਦੇ ਨਾਲ ਹੋਸਪਿਟਲ ਦੇ ਵਿੱਚ ਐਡਮਿਟ ਹੋਏ। ਇਹਦਾ ਕਾਰਨ ਇਹ ਮੰਨਦੇ ਹਾਂ ਵੀ ਜਿੱਥੋਂ ਅਸੀਂ ਪਹਿਲਾਂ ਟਰੇਸ ਕੀਤਾ ਵੀ ਕਿੱਥੋਂ ਕਿੱਥੋਂ ਆਟਾ ਆਇਆ ਅਤੇ ਕਿੱਥੋਂ ਕਿੱਥੋਂ ਕੀ ਆ, ਬਾਅਦ ਸਾਨੂੰ ਪਤਾ ਲੱਗਾ ਵੀ ਇਹ ਬੰਦੇ ਨੇ ਜਿਹੜਾ ਆਟਾ ਸੀਗਾ ਉਹ ਲਿਆਂਦਾ ਸੀਗਾ ਦੁਕਾਨ ਤੋਂ, ਉਹ ਲਿਆ ਕੇ ਪਕੌੜੇ ਬਣਾਏ ਸੀਗੇ, ਉਹ ਲਿਆ ਕੇ ਉਹਨਾਂ ਨੂੰ ਅਸੀਂ ਡਿਸਟਰੋਏ ਕੀਤਾ ਅਤੇ ਸੈਂਪਲ ਲਏ ਆ। ਇਹਦਾ ਜੋ ਵੀ ਰਿਪੋਰਟ ਆਊਗੀ ਉਹ, ਅਜੇ ਤੱਕ ਤਾਂ ਅਸੀਂ 2 ਕੁ ਦੁਕਾਨਾਂ ਤੋਂ ਸੈਂਪਲ ਲਏ ਆ, ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ, ਜੋ ਵੀ ਰਿਪੋਰਟ ਆਊਗੀ ਤੁਹਾਨੂੰ ਦੱਸੀ ਜਾਊਗੀ। ਸਰ ਮਨਜਿੰਦਰ ਸਿੰਘ ਢਿੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਡਿਪਾਰਟਮੈਂਟ ਦੇ ਤੋਂ ਫਾਈਲ ਕੇ ਤੋਂ ਆਏ ਹਾਂ। ਰਿਪੋਰਟ ਮਿਲੀ ਸੀਗੀ ਵੀ ਇਹ ਕੋਈ ਕੱਟੂ ਦਾ ਆਟਾ ਜਿਹੜਾ ਉਹਦੇ ਖਾਣ ਨਾਲ ਕੋਈ ਬੱਚੇ ਬਿਮਾਰ ਹੋਏ ਆ, ਉਹਦੇ ਨਾਲ ਹੋਸਪਿਟਲ ਦੇ ਵਿੱਚ ਐਡਮਿਟ ਹੋਏ। ਇਹਦਾ ਕਾਰਨ ਇਹ ਮੰਨਦੇ ਹਾਂ ਵੀ ਜਿੱਥੋਂ ਅਸੀਂ ਪਹਿਲਾਂ ਟਰੇਸ ਕੀਤਾ ਵੀ ਕਿੱਥੋਂ ਕਿੱਥੋਂ ਆਟਾ ਆਇਆ ਅਤੇ ਕਿੱਥੋਂ ਕਿੱਥੋਂ ਕੀ ਆ, ਬਾਅਦ ਸਾਨੂੰ ਪਤਾ ਲੱਗਾ ਵੀ ਇਹ ਬੰਦੇ ਨੇ ਜਿਹੜਾ ਆਟਾ ਸੀਗਾ ਉਹ ਲਿਆਂਦਾ ਸੀਗਾ ਦੁਕਾਨ ਤੋਂ, ਉਹ ਲਿਆ ਕੇ ਪਕੌੜੇ ਬਣਾਏ ਸੀਗੇ, ਉਹ ਲਿਆ ਕੇ ਉਹਨਾਂ ਨੂੰ ਅਸੀਂ ਡਿਸਟਰੋਏ ਕੀਤਾ ਅਤੇ ਸੈਂਪਲ ਲਏ ਆ। ਇਹਦਾ ਜੋ ਵੀ ਰਿਪੋਰਟ ਆਊਗੀ ਉਹ, ਅਜੇ ਤੱਕ ਤਾਂ ਅਸੀਂ 2 ਕੁ ਦੁਕਾਨਾਂ ਤੋਂ ਸੈਂਪਲ ਲਏ ਆ, ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ, ਜੋ ਵੀ ਰਿਪੋਰਟ ਆਊਗੀ ਤੁਹਾਨੂੰ ਦੱਸੀ ਜਾਊਗੀ।